अपनी अपनी रफ नोटबुक निकालो ते लास्ट 5 मिनट दे विच थोड़े को मैं सब्जेक्ट एंड एक्टिविटी डिसाइड कीती थी सुनांगी ओके बेटा हां डिटी का टुकड़ी लो रफ नोटबुक खोलो काम टुकड़ी लिखो बेटा सारे अपनी नोटबुक ते वेरी नाग तेरा पहला झलका वेरी नाग तेरा वेरी नाग तेरा मैम पहला झलका मैम यस बेटा मैम विरोधी शब्द कौन से पेज पे से आने हैं ये सारे ही आने हैं लिंग विरोधी शब्द सारे ही है ओके वेरी नाग तेरा पहला झलका जब अपनी आंख विच वलदा वेरी बोल रही ना वेरी नाग तेरा पहला झलका जब अपनी आंख विच वलदा कुदरत दे कुदरत दे कादर दा जलवा दसदी है बेटा परमात्मा ले लैन दा इक सजदा ले लैन दा इक सजदा रंग फिरोसी लिखो रंग फिरोसी झलक फलोरी रंग फिरोसी झलक फलोरी झलक मोतियां वाली झलक मोतियां वाली रूबीज आया रूबीज आया रूबीज आया चजल होए जी वेट वेट नहीं रचता जी पहला नोट करो बेटा जी वेट वेट नहीं रचता ना कोई नाद स्रोत सुनीवे ना कोई नाद स्रोत सुनीवे फिर संगीत रचाया फिर संगीत रचाया चुप चांद पर रूप प्रेरित जरूरी थोड़ी है आ भी सकती है चुप चांद पर रूप त्रेविज कविता रंग जमाया
रिपीट कर रही हूँ, वेरी दाग, तेरा पहला चरखा जद अखियां विच बजदा, कुदरत देव का दर्दा जलवा ले लैंदा इक सजदा, रंग फिरोजी झलक बलोरी गलत मोतियां वाली, रूह विच आ आ जजब होए जी वेख वेख नहीं रचदा, ना कोई नाद स्रोत सुनीवे फिर संगीत रस छाया, चुप चानपा रूप तेरे विच कविता रंग जमाया। दीदी सुनो, वैरी नाग इहदे विच वैरी नाग की है, एक चरना है, वैरी नाग इन चरना है, एक काव्य टुकड़ी बेटा भाई वीर सिंह ने लिखी हुई है, क्योंकि भाई वीर सिंह को कुदरत का कवि कहा जाता है। भाई वीर सिंह ने बहुत सारी कविताएं कुदरत पे, ठीक है, कुदरत के करके ही लिखी हैं। वेरी नाग वेरी नाग इन चरना है, तेरा पहला चलका जो कवि थी, ठीक है, ਇਹ ਜਿਹੜਾ ਕਸ਼ਮੀਰ ਦੀ ਘਾਟੀ ਜਿਹੜਾ ਬਣਾਇਆ, ਠੀਕ ਹੈ, ਕਵਿਤਾ ਲਿਖੀ ਸੀ ਜਦੋਂ ਕਵੀ ਜਿਹੜਾ ਕਿ ਕਸ਼ਮੀਰ ਦੀ ਘਾਟੀ ਗਿਆ, ਉਹਨੇ ਉੱਥੇ ਝਰਨਾ ਦੇਖਿਆ, ਉਹਨੂੰ ਝਰਨੇ ਨੂੰ ਉਹਨੇ ਵੈਰੀ ਨਾਮ ਕਿਹਾ। ਪਹਿਲਾ ਚਰਖਾ ਜਦੋਂ ਉਸ ਉਹਨੇ ਝਰਨੇ ਨੂੰ, ਜਦੋਂ ਉਸ ਝਰਨੇ ਤੇ ਕਵੀ ਦੀ ਪਹਿਲੀ ਨਜ਼ਰ ਗਈ, ਠੀਕ ਹੈ, ਸਿਰਫ ਪਹਿਲਾ ਚਰਖਾ ਪਹਿਲੀ ਨਜ਼ਰ ਗਈ, ਉਹਨੇ ਪਹਿਲਾ ਯਕਦਮ ਦੇਖਿਆ, ਜਦ ਅੱਖੀਆਂ ਵਿੱਚ ਵੱਜਦਾ, ਜਦੋਂ ਨਜ਼ਾਰਾ ਉਹਦੀਆਂ ਅੱਖੀਆਂ ਦੇ ਵਿੱਚ ਪਿਆ, ਜਦੋਂ ਉਹਨੇ ਝਰਨਾ ਦੇਖਿਆ, ਉਸ ਝਰਨੇ ਨੂੰ ਲੈ ਕੇ ਉਹਨੇ ਕਵਿਤਾ ਲਿਖੀ, ਕਿਉਂਕਿ ਉਹ ਝਰਨਾ ਜਿਹੜਾ ਕਿ ਬਹੁਤ ਜ਼ਿਆਦਾ ਸੁੰਦਰ ਸੀ, ਉਹ ਝਰਨੇ ਦਾ ਜਿਹੜਾ ਪਾਣੀ ਉਹ ਨੀਚੇ ਆ ਰਿਹਾ ਸੀ, ਉਹ ਬਹੁਤ ਜ਼ਿਆਦਾ ਸੁੰਦਰ ਲੱਗ ਰਿਹਾ ਸੀ। ਜਿਹੜਾ ਇਹ ਕਵੀ ਹੈ, ਜਿਹੜਾ ਕਵਿਤਾਵਾਂ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਲਿਖੀ ਜਾਂਦੀ, ਫੀਲਿੰਗ ਮਹਿਸੂਸ ਕੀਤਾ ਜਾਂਦਾ, ਉਹਨੇ ਉਹ ਮਹਿਸੂਸ ਕੀਤਾ ਜੀ, ਉਹਨੇ ਝਰਨੇ ਦੇ ਵਿੱਚ ਜਿਹੜਾ ਕਵਿਤਾ ਲਿਖੀ, ਚੁੱਪ ਚਾਨਪਾ ਰੂਪ ਤੇਰੇ ਵਿੱਚ ਕਵਿਤਾ ਰੰਗ ਮਾਇਆ। ਜਦੋਂ ਕੀ ਕਹਿ ਕਵੀ ਦੇ ਪੈਰੀ ਨਾ ਕਿਤੇ ਝਰਨੇ, ਜਦੋਂ ਕਵੀ ਦੀ ਨਜ਼ਰ ਇੱਕ ਝਰਨੇ ਤੇ ਪਈ, ਉਹਦੀ ਅੱਖਾਂ ਚ ਨਜ਼ਰ ਪਈ ਅੱਖਾਂ ਚੋਂ, ਠੀਕ ਹੈ, ਝਰਨੇ ਨੂੰ ਦੇਖਿਆ ਤੇ ਬਹੁਤ ਸੁੰਦਰ ਲੱਗਿਆ। ਕੁਦਰਤ ਦੇ ਕਾਦਰ ਦਾ ਜਲਵਾ, ਕੁਦਰਤ ਮਤਲਬ ਸ੍ਰਿਸ਼ਟੀ ਦੁਨੀਆ, ਕੁਦਰਤ ਦਾ ਕੀ ਮੀਨਿੰਗ ਹੈ, ਸ੍ਰਿਸ਼ਟੀ, ਕਾਦਰ ਪਰਮਾਤਮਾ, ਕੁਦਰਤ ਦੇ ਕਾਦਰ ਦਾ ਜਲਵਾ ਭਾਵ ਕਿ ਪਰਮਾਤਮਾ ਨੇ ਆਪਣਾ ਕਿੰਨਾ ਜਿਹੜਾ ਜਲਵਾ ਦਿਖਾਇਆ, ਜਿਹੜੀ ਸ੍ਰਿਸ਼ਟੀ ਹੈ ਕੁਦਰਤ ਦੇ ਕਿੰਨੀ ਬਣਾਈ ਹੈ ਪਰਮਾਤਮਾ ਨੇ, ਤੇ ਕਿੰਨੀ ਸੁੰਦਰ ਬਣਾਈ ਹੈ, ਵੇਖਣ ਦਾ ਨਜ਼ਰੀਆ ਇਲਾਕਾ ਲੈ ਲੈਂਦਾ ਇੱਕ ਸਜਦਾ, ਜਿੱਦਾਂ ਜਦ ਆਪਾਂ ਕੁਦਰਤ ਦੇ ਨਜ਼ਾਰਿਆਂ ਨੂੰ ਦੇਖਦੇ ਹਾਂ, ਸਾਡਾ ਦਿਲ ਆਪਣੇ ਆਪ ਚੁੱਪ ਜਾਂਦਾ ਹੈ, ਸਜਦਾ ਕਰਦਾ ਚੁੱਪਣਾ, ਕਵੀ ਦਾ ਦਿਲ ਕੀ ਹੈ ਪਰਮਾਤਮਾ ਦੇ ਜਲਵੇ ਦੇ ਅੱਗੇ, ਠੀਕ ਹੈ, ਝੁਕ ਗਿਆ ਕਿ ਪਰਮਾਤਮਾ ਨੇ ਇੰਨੀ ਸੋਹਣੀ ਦੁਨੀਆ ਬਣਾਈ ਹੈ, ਇੰਨੀ ਸੋਹਣੀ ਕੁਦਰਤ ਬਣਾਈ ਹੈ। ਰੰਗ ਫਿਰੋਜ਼ੀ, ਉਸ ਝਰਨੇ ਦਾ ਰੰਗ ਕੀ ਹੈ, ਫਿਰੋਜ਼ੀ ਕਲਰ ਦਾ ਹੈ, ਚੁੱਪ ਚਾਨਪਾ ਰੂਪ ਤਿਰੇ ਤਿਰੇ ਤਤਨ ਸਿਆਰੀ, ਰੰਗ ਫਿਰੋਜ਼ੀ ਲਾਈਟ ਬਲੂ ਕਲਰ, ਜਦੋਂ ਉਹਨੇ ਉਸ ਝਰਨੇ ਦਾ ਕਲਰ ਕਿਹੜਾ ਹੈ, ਫਿਰੋਜ਼ੀ ਰੰਗ ਦਾ ਹੈ, ਝਲਕ ਬਲੋਰੀ ਉਹਦੀ ਝਲਕ ਹੈ, ਬਲੋਰੀ ਹੈ ਭਾਵ ਕੀ ਬੜੀ ਸੋਹਣੀ ਹੈ ਸੁੰਦਰ ਹੈ, ਦਲਕ ਮੋਤੀਆਂ ਵਾਲੀ, ਜਦੋਂ ਪਾਣੀ ਜਿਹੜਾ ਕਿ ਨੀਚੇ ਡੁੱਬ ਰਿਹਾ ਨੀਚੇ ਆ ਰਿਹਾ, ਐਸਾ ਲੱਗ ਰਿਹਾ ਕਿ ਮੋਤੀ ਗਿਰ ਰਹੇ ਹੋ, ਪਾਣੀ ਤੋਂ ਪਹਾੜਾਂ ਦਾ ਜਲਾ ਨੀਚੇ ਆਉਂਦਾ ਤੇ ਐਸਾ ਲੱਗ ਰਿਹਾ ਕਿ ਮੋਤੀ ਗਿਰੇ ਹੋ, ਮੋਤੀਆਂ ਦੀ ਤਰ੍ਹਾਂ ਨੇ, ਦੇਖੋ ਕਿੰਨਾ ਅੱਛਾ ਨੇ ਖਿੱਚਦਾ ਪਾਣੀ ਨੂੰ, ਰੂਹ ਵਿੱਚ, ਰੂਹ ਮਤਲਬ ਦਿਲ ਆਤਮਾ, ਰੂਹ ਵਿੱਚ ਆ ਜਜਬ ਹੋਏ ਜੀ, ਉਸ ਝਰਨੇ ਨੂੰ ਤਾਂ ਉਸ ਝਰਨੇ ਨੇ ਕਵੀ ਦੀ ਰੂਹ ਨੂੰ ਵੀ ਤੋੜ ਰੱਖਤਾ, ਭਾਵੇਂ ਉਹਦੀ ਰੂਹ ਤੱਕ, ਠੀਕ ਹੈ, ਉਹਦੀ ਆਤਮਾ ਤੱਕ, ਠੀਕ ਹੈ, ਰੂਹ ਜਿਹੜਾ ਕਿ ਬੜਾ ਵਧੀਆ ਲੱਗਿਆ ਜੀ, ਵੇਖ ਵੇਖ ਦੇ ਜਾਏ ਜੀ, ਦਾ ਕੀ ਮਤਲਬ ਹੈ ਦਿਲ,
ਉਹਦਾ ਦਿਲ ਉਸ ਚੰਨੇ ਨੂੰ ਵੇਖ ਵੇਖ ਕੇ ਪਾਣੀ ਰਿਆ ਤੇ ਦਾ ਦਿਲ ਕਰ ਰਿਹਾ ਸੀ ਕਿ ਉਸ ਚੰਨੇ ਦੇ ਪਾਣੀ ਨੂੰ ਮੈਂ ਬਾਰ ਬਾਰ ਦੇਖੀ ਜਾਵਾਂ ਇੰਨਾ ਸੋਹਣਾ ਲੱਗ ਰਿਹਾ ਸੀ ਪਾਣੀ ਨਾ ਕੋਈ ਨਾਟ ਸਲੂਸ ਦੀ ਨਾਟ ਕਈ ਸੁਵੇਂ ਕਵੀ ਲਿਖੇ ਕਿ ਚਾਹੇ ਉਸ ਚੰਨੇ ਦੇ ਆਸ ਪਾਸ ਕੋਈ ਵੀ ਇੰਸਟਰੂਮੈਂਟ ਨਹੀਂ ਵੱਜ ਰਿਹਾ ਸੀ ਕੋਈ ਸਾਫ ਨਹੀਂ ਵੱਜ ਰਿਹਾ ਸੀ ਠੀਕ ਹੈ ਪਰ ਫਿਰ ਵੀ ਫਿਰ ਸੰਗੀਤ ਰਸ ਛਾਇਆ ਪਰ ਐਸਾ ਲੱਗ ਰਿਹਾ ਸੀ ਕੋਈ ਸੰਗੀਤ ਸੁਣਾਈ ਦੇ ਰਿਹਾ ਸੀ ਕਿਉਂਕਿ ਉਹਦੀ ਆਵਾਜ਼ ਹੀ ਚੰਨੇ ਦੇ ਪਾਣੀ ਨੂੰ ਆਉਂਦਾ ਛਮ ਛਮ ਕਰਦਾ ਠੀਕ ਹੈ ਆਵਾਜ਼ ਛਮ ਛਮ ਦੀ ਆਉਂਦੀ ਤੇ ਉਹ ਤਾਂ ਲੱਗਦਾ ਹੈ ਕਿ ਕੋਈ ਸੰਗੀਤ ਵੱਜ ਰਿਹਾ ਹੋਵੇ ਕੋਈ ਇੰਸਟਰੂਮੈਂਟ ਵੱਜ ਰਿਹਾ ਹੋਵੇ ਪਰ ਉੱਥੇ ਕੋਈ ਨਾਲ ਦੀ ਇੰਸਟਰੂਮੈਂਟ ਨਹੀਂ ਪਿਆ ਸੀ ਕੋਈ ਇੰਸਟਰੂਮੈਂਟ ਵੱਜ ਨਹੀਂ ਰਿਹਾ ਸੀ ਪਰ ਫਿਰ ਵੀ ਝਰਨੇ ਦੇ ਪਾਣੀ ਦੀ ਆਵਾਜ਼ ਇੰਨੀ ਸਾਰਾ ਸੋਹਣੀ ਸੀ ਕਿ ਉਹ ਸੰਗੀਤ ਦੀ ਤਰ੍ਹਾਂ ਲੱਗ ਰਹੀ ਸੀ ਕਿ ਆਵਾਜ਼ ਝਰਨੇ ਦੇ ਪਾਣੀ ਚੁੱਪ ਚਾਪ ਰੂਪ ਤੇਰੇ ਚੁੱਪ ਚਾਪ ਦੀ ਸ਼ਾਂਤੀ ਸੀ ਝਰਨਾ ਆਪਣੇ ਮੂੰਹ ਨਹੀਂ ਕੁਝ ਬੋਲ ਰਿਹਾ ਸੀ ਰੂਪ ਤੇਰੇ ਉਹਦਾ ਰੂਪ ਸੀ ਬਹੁਤ ਜ਼ਿਆਦਾ ਸੋਹਣਾ ਸੀ ਝਰਨੇ ਦਾ ਬਹੁਤ ਜ਼ਿਆਦਾ ਸੁੰਦਰਤਾ ਸੀ ਕਵਿਤਾ ਰੰਗ ਛਪਾਇਆ ਕਵੀ ਨੇ ਝਰਨੇ ਦੀ ਸੁੰਦਰਤਾ ਕਰਕੇ ਇਹਨੂੰ ਕਿਹਦਾ ਰੂਪ ਦਿੱਤਾ ਹੈ ਇੱਕ ਫਿਰ ਉਹਨੇ ਕਿਹਦਾ ਰੂਪ ਦਿੱਤਾ ਇੱਕ ਕਵਿਤਾ ਦਾ ਕਵਿਤਾ ਰੂਪ ਛਪਾਇਆ ਭਾਵ ਕਿ ਕਵੀ ਨੇ ਇਸਨੂੰ ਕਵਿਤਾ ਦਾ ਰੂਪ ਦਿੱਤਾ ਠੀਕ ਹੈ ਝਰਨੇ ਨੂੰ ਝਰਨੇ ਦੀ ਸੁੰਦਰਤਾ ਨੂੰ ਠੀਕ ਹੈ ਉਹਨੇ ਕਿਹਦੇ ਰੂਪ ਚ ਲਿਖਿਆ ਇੱਕ ਕਵਿਤਾ ਦੇ ਰੂਪ ਚ ਲਿਖਿਆ ਦੇ ਕਿੰਨੀ ਕੇਰ ਆਈ ਸਮਝ ਲੱਗੀ ਕਿ ਅੱਛੀ ਤਰ੍ਹਾਂ ਯੈਸ ਆਨਲਾਈਨ ਸੁਣੈਂ ਬੇਟਾ ਕਲੀਅਰ ਹੈ ਮੀਨਿੰਗ ਸਮਝ ਲੱਗ ਗਿਆ ਬੇਟਾ ਆਂਟੀ ਕੀ ਨਾਮ ਲਿਖਣੀ ਦੀ ਬੁੱਕ ਫਸਟ ਕੁਐਸਚਨ ਲਿਖੋ ਕਵੀ ਨੇ ਬੈਰੀ ਨਾਮ ਕਿਸ ਨੂੰ ਕਿਹਾ ਹੈ ਕਵੀ ਨੇ ਬੈਰੀ ਨਾਮ ਕਿਸ ਨੂੰ ਕਿਹਾ ਹੈ ਵੈਰੀ ਨਾਮ ਦਾ ਰੰਗ ਕਿਸ ਤਰ੍ਹਾਂ ਦਾ ਹੈ ਵੈਰੀ ਨਾਮ ਦਾ ਰੰਗ ਕਿਸ ਤਰ੍ਹਾਂ ਦਾ ਹੈ ਰੋਜ਼ੀਨਾ ਲਿਖਿਆ ਨਾ ਭਾਰਤ ਦਾ ਸਪੈਲਿੰਗ ਰੋਜ਼ੀਨਾ ਹੈ ਨਾ ਬੇਟਾ ਨੈਕਸਟ ਹੈ ਉਪਰੋਕਰ ਕਾਰਡ ਰੂਪੀ ਦੇ ਵਿੱਚ ਕਿਸ ਨੇ ਕਿਸ ਤਰ੍ਹਾਂ ਦਾ ਰੰਗ ਛਾਇਆ ਹੈ ਕਿਸ ਨੇ ਲਿਖੋ ਕਿਸ ਨੇ ਕਿਸ ਤਰ੍ਹਾਂ ਦਾ ਰੰਗ ਜਮਾਇਆ ਹੈ ਕੁਛ ਲਿਖੋ ਉਪਰੋਕਰ ਕਾਰਡ ਦੇ ਵਿੱਚ ਨਹੀਂ ਕਿਸ ਨੇ ਕਿਸ ਤਰ੍ਹਾਂ ਦਾ ਰੰਗ ਜਮਾਇਆ ਹੈ ਆਪਸ਼ਨ ਬੋਲ ਦਿਆਂ ਕਿ ਤੇਰਾ ਕਿਸ ਨੇ ਕਿਸ ਤਰ੍ਹਾਂ ਦਾ ਰੰਗ ਜਮਾਇਆ ਹੈ ਫਸਟ ਆਪਸ਼ਨ ਹੈ ਨਦੀ ਨੇ ਕਹਾਣੀ ਵਰਗਾ ਝਰਨੇ ਦੇ ਰੂਪ ਵਿੱਚ ਕਵਿਤਾ ਨੇ ਝਰਨੇ ਦੇ ਰੂਪ ਵਿੱਚ ਕਵਿਤਾ ਨੇ ਲਿਖ ਲਓ ਨੈਕਸਟ ਹੈ ਨਦੀ ਦੇ ਦਰਿਆ ਨੇ ਨਾਵਲ ਦੇ ਰੂਪ ਵਰਗਾ ਜਾਂ ਫਲੋਕਰ ਕੋਈ ਨਹੀਂ ਝਰਨੇ ਨੇ ਕਵਿਤਾ ਦੇ ਰੂਪ ਚੰਨੇ ਨੇ ਕਵਿਤਾ ਦਾ ਰੂਪ ਚੰਨੇ ਦੇ ਰੂਪ ਵਿੱਚ ਕਵਿਤਾ ਨੇ ਚੰਨੇ ਦੇ ਚੰਨੇ ਦੇ ਰੂਪ ਵਿੱਚ ਕਵਿਤਾ ਨੇ ਚੰਨੇ ਦੇ ਰੂਪ ਵਿੱਚ ਕਵਿਤਾ ਨੇ ਕਵਿਤਾ ਕਿਸ ਤਰ੍ਹਾਂ ਦਾ ਰੰਗ ਜਮਾਇਆ ਕਿਸ ਨੇ ਜਮਾਇਆ ਚੰਨੇ ਨੇ
तीसरा रंग जमिया कविता, तीसरे हो गया चंदा, तीसरा हो गया कविता। नेक्स्ट देखो कि उथे झरने के आस पास कोई साज बज रहा सी, झरने के आस पास केड़ा साज बज रहा सी, कवि दा दिल किस तू वेख के नहीं पा रहा सी, झरने कवि दा दिल किस तू वेख के नहीं पा रहा सी, झरने। नेक्स्ट है लास्ट सजदा शब्द दा अर्थ लिखो, सजदा सजदा शब्द दा अर्थ लिखो, झुकना आदर दे वजो सत्कार दे वजो झुकना, ठीक है आदर देना है, आदर सजदा लगी है आदर दे वजो सिर झुकना, ठीक है सजदा करना आदर दे वजो सिर झुकना। क्लियर है सब लोग आंटी का आंटी की कार को भी क्लियर बेटा, ऑनलाइन स्टूडेंट आपने एक पैरा कराया सी और एक क्वेश्चन कर रहे सी, बेटी खातर बाबला बेटी नूना मार पर बेटी ना रही मेरा नहीं सकता, साध शीखा दे गए कोई सा सके मार, बदलो अपने आप को बदलो अपनी सोच, तिया के लिए जो रल के देवो को बस वर्ष अरे की है इस कार टुकड़ी दे कवि ने कि क्या कि सानू ये प्रूफ का त्याग लगी लिखी करता है, ये प्रूफ का त्याग भी मैं कोटी साइड दी है, ठीक है कि जेड़े लोग जेड़े की है अंधविश्वासी हां जा जेड़े तिया को और समझते हां और हम सुचेत वाली कविता लिखी है ये कि सानू बेटे दी उम्मीद है, ठीक है बेटी जन्म लेने तो पहला माता नहीं चाहिदा, जेकर जेकर ठीक है जेकर दुनिया में कुड़ी ना रही बेटी ना रही तो ये संसार भी नहीं लेना, क्योंकि बेटी ही है जेड़े जेड़े की ये तनु जरा दिल्ली है, बेटी माँ है दी है पत्नी है, साथ श्रीका दे जेड़े कोई ना सके मार पागी जेड़े घर नफरत करते हैं कि वही जे साड़ा साथ है तब कोई भी नहीं यानी माँ ना सके, क्योंकि दुनिया सारी गल्ला करता है भाई होने का ती होगी ले और तू तो क्या किस्सा करेगा, ठीक है तू तो कितना खर्चा करेगा तो दूसरे का चले आना है स्टीम में दे कहते जे सबसे दूसरे ने गल्ला ना आए तो यार कोई मारे नहीं, बदलो अपनी सोच के सोच बदल दो कि तिया मेरी सोच ध्यान आज तिया पढ़ ली तिया पढ़ ली कर तिया अपने प्यारा से खड़ी आ ठीक है और आप कोई समझते तेरे की बिल्कुल भी गलती ना करो, आज तिया जड़ी घरों बाहर नहीं निकलना इतने नहीं जाना ये काम नहीं करना, कुड़ी मुझे बड़ा चाहिए थी उन्हें सी लकीर खिची सी उस लकीर को मिटा दो बोझ देव एक कुड़ी मुझे की बराबर समझो। क्वेश्चन इनका फर्स्ट क्वेश्चन इस कार टुकड़ी दे विच किस नु बराबर दा दर्जा देने की गल कीती गई है, इस कार टुकड़ी दे विच तिया नु या कुड़िया नु बराबर दा दर्जा देने की बराबर दा दर्जा देने की गल कीती गई है, किनु तिया नु माड़ी सोच, ठीक है
धीया अपने माता पिता ने बोझ लिया है। देखो कभी ने नई सोच पुरानी सोच कि धीया अपने माता पिता ने बोझ लिया है इस सोच को बदलने का पावन शब्द की अर्थ है पावन पिता पावन बपेट करना पड़ेगा पावन पावन शब्द की अर्थ है पिता कवि ने नेक्स्ट है कवि ने किस तरह की लीच को मिटाने की गल की है कवि ने किस मिटाने की गल की है कुड़िया ते मुंडिया विचले भेदभाव की जेड़ी लीच है भेदभाव की लीच मिटाने की गल की है। सत श्री अकाल, मेरा नाम दिव्या है, मैं नौवीं ए कक्षा की विद्यार्थन हाँ। भाई वीर सिंह की कविता तो प्रभावित होके आज मैं समय की कदर बारे दसन जा रही हाँ। समा किसे लई नहीं रुकता, इसलिए सानू समय की कदर करनी चाहिदी है। समा अपनी तेज गति नाल चलता रहिंदा है अते उसकी वेग श्रीक श्रीक है। जिन्हें भी मान लोक होए हैं जिवें कि भगत सिंह अते एपीजे अब्दुल कलाम आदि सारे समय समय नाल काम करते हैं। जे असी अनुशासन नाल काम करांगे ता असी जिंदगी विच सफल होवांगे अते अपनी मंजिल नू प्राप्त कर लवांगे। धन्यवाद, शुभ दिन। नेक्स्ट मिट्टी चुमलाओ देखियो पंजाबियों पंजा।